ਦੇਖੋ ਦੋਸਤੋ ਕੀ ਹਾਲ ਦੇ ਠੀਕ ਠਾਕ ਦੇ ਤੰਗਰੀ ਤਾਂ ਠੀਕ ਨੇ ਲੋ ਦੋਸਤੋ ਯੰਗ ਪੱਠੀਆਂ ਪੱਠੇ ਵੇ ਟੈਡੀ ਮੋਤੀਆਂ ਦੇ ਸਿਆਲਕੋਟੀ 8-8 ਬਾਰ 7-7 ਬਾਰ ਅਤੇ ਅੱਛੀ ਬਲੱਡ ਲਾਈਨ ਹੋਏਗੀ ਇਨਸ਼ਾਅੱਲਾ ਠੀਕ ਹੈ ਬਾਕੀ ਰੇਟ ਵੀ ਅੱਛਾ ਹੋਊਗਾ ਇਹਨਾਂ ਦਾ ਇਹ ਵੀ ਤੁਹਾਨੂੰ ਦੱਸ ਦਿੰਦਾ ਠੀਕ ਹੈ ਆਹ ਫੋਲਡਨ ਜੇ ਉੱਡਿਆ ਹੋਇਆ ਪੱਠਾ ਠੀਕ ਹੈ ਅਤੇ ਬਾਕੀ ਆ ਸਿਆਲਕੋਟੀ ਜੌਂਸਰੇ ਕਦੂਬੇ ਠੀਕ ਹੈ ਅਤੇ ਵਿੱਚ ਟੈਡੀ ਵੀ ਹੈਗੇ ਨੇ ਨਾਲ ਇੱਕ 60 ਪੀਸ ਨੇ ਕਾਰਡ ਸੀਗੇ ਇੱਕ ਬੋਰੇ 'ਚ ਬਹੁਤ ਸਾਰੇ ਨੁਕਸਾਨ ਹੋ ਗਿਆ ਮਰ ਗਿਆ ਵਿਚਾਰਾ ਅਤੇ ਆਹ ਕਦੂਬੇ ਆ ਵਿੱਚ ਠੀਕ ਹੈ ਆਹ ਵੱਡਾ ਪੀਸ ਆ ਬਾਕੀ ਤਕਰੀਬਨ ਆ ਵੱਡੇ ਇੱਕ ਹੋਰ ਟੈਡੀ ਬਣਾਵਾਂ ਮੇਰੇ ਖਿਆਲ ਨਾਲ ਆਹ ਹੈਗਾ ਠੀਕ ਹੈ ਅਤੇ ਇੱਕ ਹੋਰ ਸੁਨਾਰਾ ਟੈਡੀ ਹੈ ਬਾਕੀ ਆ ਸ਼ੌਕ ਆ ਲੈਣਾ ਵਿੱਚ ਜਿਹੜੇ ਵੱਡੇ ਆ ਤੁਸੀਂ ਹੋਰ ਕਰੀ ਜਾਣਾ ਠੀਕ ਹੈ ਬਾਕੀ ਜਿਹੜੇ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੇ ਆਈ ਜਾਣੇ ਤੁਹਾਨੂੰ ਦੱਸੀ ਜਾਣੇ ਕਿ ਆਹ ਵੱਡੇ ਠੀਕ ਆ ਬਾਕੀ ਜਨਾਬ ਥੱਲੇ ਨਾਲ ਉਹਨੂੰ ਗਜਾ ਲਿਓ ਇਨ ਸ਼ਾਅੱਲਾ ਉੱਡਣ ਜ਼ਰੂਰ ਠੀਕ ਆ ਕਦੂਬੇ ਦੇ ਵਿੱਚ 5-6 ਪੀਸ ਹੈਗੇ ਆ ਠੀਕ ਹੈ 750 ਰੁਪਏ ਬਾਹਰ ਹੈ ਅਤੇ 60 ਪੀਸ ਆ ਘੁੰਮਦਰ ਜੀ ਠੀਕ ਆ ਵੱਡਾ ਬਾਕੀ ਆ ਵੇਚ ਲੈਣੇ ਆ ਮੋਤੀਆਂ ਵਾਲੇ ਸਿਆਲਕੋਟੀ ਟੈਡੀ ਸਾਰੀਆਂ ਬਰੀਡਾਂ ਵਾ ਲੇਕਿਨ ਉੱਡਣ ਵਾਲੇ ਹੈਗੇ ਨੇ ਇਹ ਨਹੀਂ ਕਿ ਟੁਚਲਾਂ ਹੋਣਗੀਆਂ ਉੱਡਣ ਵਾਲੇ ਜ਼ਰੂਰ ਹੋਣਗੇ ਮੌਜੂਦ ਮੁਲਾਇਮੀ ਅਤੇ ਇਹਨਾਂ ਨੂੰ ਸਾਰੇ ਸ਼ਹਿਰ ਚੰਗੇ ਲੱਗੇ ਨੇ ਠੀਕ ਹੈ ਹੈਗੀ ਆ ਠੀਕ ਹੈ ਅਤੇ ਟੈਡੀ ਪਤਾ ਨਹੀਂ ਕਿੱਧਰ ਗਏ ਨਜ਼ਰ ਹੀ ਨਹੀਂ ਆਉਂਦੇ ਗਏ ਅਤੇ ਆਹ ਟੈਡੀ ਹੈ ਠੀਕ ਹੈ ਅਤੇ ਆਹ ਘੁੰਮਗਰ ਆਹ ਜਨਾਬ ਮੋਦੀਆਂ ਵਾਲੇ ਠੀਕ ਹੈ ਆਹ ਕਦੂਬੇ ਆ ਇੰਨੇ ਰਸ਼ 'ਚ ਮਜ਼ਾ ਪਤਾ ਨਹੀਂ ਲੱਗਦਾ ਆਹ ਦੇਖ ਲਓ ਠੀਕ ਆ ਜ਼ਿਆਦਾ ਇਹਨਾਂ ਵਿੱਚ ਪੱਠੀਆਂ ਪੱਠੇ ਆ ਅਤੇ ਬਾਕੀ ਜਨਾਬ ਇਹਨਾਂ ਨੂੰ ਭਜਾਓ ਉਡਾਓ ਮੁਲਾਇਮੀਅਤ ਇਹਨਾਂ ਕੋਲ ਬੜੀ ਆ ਪਰ ਕੁੰਦੇ ਵੀ ਬੜੇ ਅੱਛੇ ਲੱਗੇ ਆ ਠੀਕ ਆ ਮੁਲਾਇਮੀਅਤ ਹੱਡੀ ਦਰਮਿਆਨੀ ਇਹਨਾਂ ਦੀ ਆ ਬਹੁਤੀਆਂ ਲੰਮੀਆਂ ਹੱਡੀਆਂ ਦੇ ਵੀ ਨਹੀਂ ਠੀਕ ਆ ਅਤੇ ਪਰ ਕੁੰਦੇ ਵੀ ਬੜੇ ਬੜੇ ਅੱਛੇ ਲੱਗੇ ਆ ਮਾਦੀ ਆ ਜਿਹੜੀ ਪਰ ਪਟੰਦੀ ਆ ਠੀਕ ਆ ਆਹ ਘੁੰਮਗਰ ਪੱਠਾ ਵਾ ਅਤੇ ਉਸ ਤੋਂ ਬਾਅਦ ਜਨਾਬ ਆਹ ਵਿੱਚ ਲਾਲ ਨੂਰ ਵਾਲਾ ਠੀਕ ਆ ਲਾਲ ਹੀ ਇਹਦਾ ਨੂਰ ਹੈਗਾ ਜੇ ਕਾਲ ਆ ਗਈ ਇਹ ਵਿੱਚ ਫਿਰ ਅਤੇ ਕਾਲ ਨੂੰ ਜ਼ਰਾ ਕਰਦੇ ਹਾਂ ਬਾਅਦ ਚੋਂ ਉਹਨੂੰ ਬਣਾ ਲਈਏ ਠੀਕ ਹੈ ਥੱਲੀ ਨਾਲ ਵੇਖ ਲੈਣੇ ਆ ਬੋਸ ਫਿਰ ਆਪਾਂ ਕਰਨਾ ਰੇਟ ਆਪਣਾ ਫਾਈਨਲ ਤੁਹਾਨੂੰ ਪਤਾ ਹੁੰਦਾ ਵਾ ਆਹ ਵੀ ਟੈਡੀ ਕਬੂਤਰ ਆ ਠੀਕ ਆ ਸਖੀ ਸਾਹਿਬ ਵਾਲਾ ਇਹ ਵੀ ਚਾਹੀਦਾ ਹੁਣ 10-15 ਦੇ ਵਿੱਚ ਟੈਡੀ ਆ ਠੀਕ ਹੈ ਸਿਆਲਕੋਟੀ ਮੋਤੀਆਂ ਵਾਲੇ ਸਾਰੇ ਯਾਨੀ ਕਿ ਮਿਕਸ ਵਰਾਇਟੀਆਂ ਨੇ ਸਾਰੀਆਂ ਯੰਗ ਬਲੱਡ ਆ ਅਤੇ ਬਾਕੀ ਤੁਹਾਡੇ ਅੱਖਾਂ ਦੇ ਸਾਹਮਣੇ ਆ ਸ਼ੌਕ ਆ ਲੈਣਾ ਤਸੱਲੀ ਨਾਲ ਰੇਟ ਵੀ ਕੋਈ ਨਹੀਂ ਗਾ ਠੀਕ ਆ ਅਤੇ ਉੱਡਣਗੇ ਵੀ ਇਨ ਸ਼ਾਅੱਲਾ ਕਾਫੀ ਵੀ ਇਹਦੇ ਵਿੱਚ ਬੜੇ ਬੜੇ ਅੱਛੇ ਆ ਸਾਰੇ ਮੁੰਡੇ ਚੈੱਕ ਕਰਕੇ ਲਏ ਨੇ ਠੀਕ ਆ ਅਤੇ ਬਾਕੀ ਜਨਾਬ ਬਸ ਕਰੋ ਬਾਕੀ ਆ ਤੁਸੀਂ ਦੇਖ ਲੈਣੇ ਆ ਠੀਕ ਆ ਜਿਸ ਦੋਸਤ ਨੇ ਸਮਝ 'ਚ ਆਏ ਉਹਨੇ ਲੈ ਲੈਣੇ ਆ ਠੀਕ ਆ ਪਰ ਸ਼ੈਲ ਨਹੀਂ ਹੋਏ ਪਰ ਰੁਕੇ ਨਹੀਂ ਠੀਕ ਆ ਨਾ ਛੰਟੀ ਆਏ ਸਿੱਧੀਆਂ ਤੁਹਾਨੂੰ ਦੱਸ ਦਿੰਦਾ ਵਾ ਬਾਕੀ ਅੱਗੇ ਜਿਸ ਦੋਸਤ ਨੇ ਸਮਝ 'ਚ ਆਏ ਉਹ ਰਾਬਤਾ ਕਰ ਲੈਣਾ ਲੈ ਲੈਣਾ ਇਨਸ਼ਾਅੱਲਾ ਦਰਮਿਆਨੀ ਹੱਡੀ ਦਾ ਕਬੂਤਰ ਆ ਪਰ ਕੁੰਦੇ ਵੀ ਅੱਛੇ ਲੱਗੇ ਆ ਠੀਕ ਆ ਬਾਕੀ ਗੱਲਾਂ ਵਾ ਜਿੰਨੀਆਂ ਮਰਜ਼ੀ ਕਰੀ ਜਾਵਾਂ ਲੈਣੇ ਤੁਸੀਂ ਆਪਣੀ ਸਮਝ ਨਾਲ ਠੀਕ ਆ ਬਾਕੀ ਆ ਸ਼ੋ ਕਰੋ ਅਤੇ ਜਿਸ ਦੋਸਤ ਦੇ ਕਿਸਮਤ 'ਚ ਹੋਏ ਉਹਨੇ ਹੀ ਲੈਣੇ ਆ ਠੀਕ ਆ ਅਤੇ ਆਪਾਂ ਬਹੁਤੀਆਂ ਨਹੀਂ ਕਰਨੀਆਂ ਮੁੜ ਕੇ ਸਾਡਾ ਵੀ 100% ਨਾਲ ਚੜ੍ਹਨ ਲੱਗ ਪਵੇ ਠੀਕ ਆ ਬਾਕੀ ਆ ਦੇਖੋ ਅਤੇ ਸ਼ੋਰ ਕਰੋ ਠੀਕ ਆ ਆਹ ਸਲਾਰਾ ਡੈਡੀ ਹੈਗਾ ਅਤੇ ਆਹ ਸਿਆਲਕੋਟੀ ਠੀਕ ਆ ਆਹ ਬਟੇਰਾ ਕਰਾਸ ਨਸਲਾਂ ਮਾਸ਼ਾਅੱਲਾ ਆਪਾਂ ਨੂੰ ਪਤਾ ਵਾ ਨਸਲਾਂ ਨੂੰ ਬਹੁਤਾ ਆਪ ਨਹੀਂ ਛੱਡੀਦਾ ਆਹ ਫੈਸਲਾਬਾਦ ਦੀ ਮਾਦੀ ਹੈ ਗੋਲਡਨ ਕਰਾਸ ਬਣੀ ਆ ਠੀਕ ਆ ਵੱਡੀ ਬਰੀਡਰ ਆ ਇਹਨੂੰ ਜੋੜੇ ਭਾਵਾਂ ਲਾ ਦੇਣਾ ਅਤੇ ਬਾਕੀ ਜਨਾਬ ਆ ਸ਼ੋਰ ਕਰੋ ਠੀਕ ਆ ਅਤੇ ਜਿਸ ਉਹਦੀ ਸਮਝ 'ਚ ਆਏ ਰਾਬਤਾ ਕਾਲ ਵਟਸਐਪ ਕਰ ਲੈਣਾ 0300-8072-0827 ਠੀਕ ਹੈ ਪਰਿੰਦਾ ਤੁਹਾਡੇ ਸਾਹਮਣੇ ਆ ਬਾਰਿਸ਼ ਸ਼ਹਿਰ ਕੋਈ ਨਹੀਂ ਬਾਕੀ ਜਨਾਬ ਆਹ ਘੁੰਮਦਰ ਹੈਗੀ ਹੈ ਗੋਲਡਨ ਗਰਾਸ ਤੋਂ ਨਿਕਲੀ ਹੈ ਵੱਡੀ ਘੁੰਮਦਰ ਗੋਲਡਨ ਗਰਾਸ ਹੋ ਗਿਆ ਜੀ ਉਸ ਤੋਂ ਬਾਅਦ ਆ ਕਾਂਟੇ ਵਾਲੇ ਜਿਹੜੇ ਸਿਆਲਕੋਟੀ ਟੈਡੀ ਗਰਾਸ ਠੀਕ ਹੈ ਇੱਦਾਂ ਨੇ ਅਤੇ ਆਹ ਜਨਾਬ ਲੰਬਿਆਂ 'ਚੋਂ ਨਿਕਲਿਆ ਜੇ ਪੱਠਾ ਵਾ ਜਾਂ ਪੱਠੀ ਵੀ ਹੈ ਪਰ ਕੁੰਦੇ ਮੁਲਾਇਮ ਵੀ ਹੈ ਉਹ 100% ਹੋਏਗੀ ਠੀਕ ਹੈ ਬਾਕੀ ਜਨਾਬ ਅੱਗੇ ਤੁਹਾਡਾ ਨਸੀਬ ਆ ਗਿਜਾਣਾ ਇਹਨਾਂ ਨੂੰ ਠੀਕ ਆ ਆਪਣਾ ਤੁਹਾਨੂੰ ਦੱਸਣਾ ਵਾ ਜਿੰਨਾ ਕੁ ਨੌਲੇਜ ਆ ਉਨਾ ਕੁ ਦੱਸ ਦਈਦਾ ਵਾ ਜਿਹੜਾ ਨਹੀਂ ਹੁੰਦਾ ਉਨਾ ਆਪਾਂ ਤਾਂ ਨੂੰ ਜਾਈ ਦੇਈ ਠੀਕ ਹੈ ਮੁੜ ਕੇ ਜਾਓ ਸਿਸਟਮ ਨੂੰ ਆਪਣੇ ਲਿਆਉਣਾ ਐਵਰੇਜ ਉਹਦਾ ਫਾਇਦਾ ਕੋਈ ਨਹੀਂ ਬਾਕੀ ਆ ਜਨਾਬ ਵੇਖ ਲੈਣੇ ਤੁਸੀਂ ਬਰਿੰਦੇ ਕੋਈ ਛਾਂਟੀ ਨਹੀਂ ਠੀਕ ਆ ਅਤੇ ਇੱਕ ਹੁੰਦਾ ਨਾ ਕਿ ਯਾਰ ਚੰਗੇ ਚੰਗੇ ਕੱਢ ਲੈ ਦੂਏ ਦੇ ਅਤੇ ਉਹ ਕੰਮ ਨਹੀਂ ਹੈ ਇਹਨਾਂ ਦੇ ਵਿੱਚ ਅਤੇ ਨਾ ਹੀ ਆਪਾਂ ਇੱਦਾਂ ਦਾ ਮਾਲ ਲਿਆਈਦਾ ਵਾ ਠੀਕ ਆ ਸ਼ਾਇਦ ਨਾਲ ਕਿਤੇ ਹਨੇਰਾ ਨੂਰਾ ਹੋ ਜਾਵੇ ਅਤੇ ਕੋਈ ਕੰਮ ਦਿਖਾ ਦੇਵੇ ਲੇਕਿਨ ਕੋਸ਼ਿਸ਼ ਇਹੀ ਕਰੀਦੀ ਆ ਅਤੇ ਅੱਛੀ ਚੀਜ਼ ਲਿਆਈਏ ਹੁਣ ਬਾਕੀ ਜਨਾਬ ਜੋ ਨਹੀਂ ਕੀਤਾ
देखो इन्हों गौर नाल ते वीडियो चढ़ गई है लंबी। बाकी मेरा इरादा वा कि कल कल देना दिखा ही देव ठीक है जी। हाँ बाकी इंशाल्लाह अच्छे परिंदे आ क्वालिटी वाइज भी नज़र आ जाते हैं वीडियो की आइटम। बाकी मार्जिन रखना हों वा तुम मुंडी है तो बाकी जनाब आ शो करो तो मैनू दो हूँ इजाजत। कॉल एक होर आ गई है मैं लगता जाना भी शुरू हो लगी हैं। ठीक है जी ओके अल्लाह हाफिज़।